ਸਰਦੇ ਪੁੱਜਦੇ ਘਰਾਂ ਦੀ ਬੰਦ ਹੋਵੇ ਸਬਸਿਡੀ। ਸਰਕਾਰੀ ਮੁਲਾਜ਼ਮਾਂ ਨੂੰ ਨਾ ਮਿਲੇ ਮੁਫਤ ਬਿਜਲੀ ਦੀ ਸਹੂਲਤ। ਸਿਰਫ ਲੋੜਵੰਦ ਪਰਿਵਾਰਾਂ ਨੂੰ ਮਿਲੇ ਮੁਫਤ ਬਿਜਲੀ ਦੀ ਸਹੂਲਤ। PSEB ਇੰਜੀਨੀਅਰ ਐਸੋਸੀਏਸ਼ਨ ਨੇ CM ਮਾਨ ਨੂੰ ਦਿੱਤਾ ਸੁਝਾਅ। ਪੰਜਾਬ ਦੇ ਉਹ ਲੋਕ ਜਿਹੜੇ ਆਪਣੀ ਜੇਬ ਦੇ ਵਿੱਚੋਂ ਬਿਜਲੀ ਦਾ ਬਿੱਲ ਭਰ ਸਕਦੇ ਨੇ ਉਹਨਾਂ ਦੀ ਸਬਸਿਡੀ ਬੰਦ ਕੀਤੀ ਜਾਵੇ, ਜਾਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਕੇਂਦਰ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਉਹਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਬੰਦ ਕੀਤੀ ਜਾਵੇ। ਸਿਰਫ ਉਹ ਲੋਕ ਜੋ ਗਰੀਬ ਨੇ, ਜੋ ਲੋੜਵੰਦ ਨੇ, ਜੋ ਆਪਣੇ ਪੱਲਿਓਂ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ, ਸਿਰਫ ਉਹਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾਵੇ। ਇਹ ਕੁਝ ਸੁਝਾਅ ਨੇ ਜੋ PSEB ਇੰਜੀਨੀਅਰ ਐਸੋਸੀਏਸ਼ਨ ਦੇ ਵੱਲੋਂ CM ਭਗਵੰਤ ਮਾਨ ਨੂੰ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਖਪਤਕਾਰ ਜੋ ਆਮਦਨ ਕਰਦਾਤਾ ਹਨ ਜਾਂ ਜਨਤਕ ਸੇਵਾ ਦੇ ਵਿੱਚ ਹਨ, ਰਾਜ ਜਾਂ ਕੇਂਦਰ ਖੇਤਰ ਦੇ ਵਿੱਚ, ਉਹਨਾਂ ਦੀ ਬਿਜਲੀ ਸਬਸਿਡੀ ਬੰਦ ਕੀਤੀ ਜਾਵੇ। ਸਬਸਿਡੀ ਇੱਕ ਪਰਿਸਰ ਦੇ ਵਿੱਚ ਸਿਰਫ ਇੱਕ ਕੁਨੈਕਸ਼ਨ ਲਈ ਅਦਾ ਕੀਤੀ ਜਾਵੇ। ਬਿਜਲੀ ਚੋਰੀ ਦੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਖਪਤਕਾਰਾਂ ਨੂੰ 5 ਸਾਲਾਂ ਦੇ ਲਈ ਕੋਈ ਵੀ ਸਬਸਿਡੀ ਲੈਣ ਤੋਂ ਰੋਕਿਆ ਜਾਵੇ। ਪੰਜਾਬ ਸਰਕਾਰ ਵਰਤਮਾਨ ਦੇ ਵਿੱਚ ਖੇਤੀਬਾੜੀ ਸੋਲਰ ਪ੍ਰੋਜੈਕਟਾਂ ਲਈ 80% ਤੱਕ ਸਬਸਿਡੀ ਪ੍ਰਦਾਨ ਕਰਦੀ ਹੈ। ਨਵਿਆਣਯੋਗ ਊਰਜਾ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਸੋਲਰ ਨੈੱਟ ਮੀਟਰਿੰਗ ਪ੍ਰਣਾਲੀਆਂ ਨੂੰ ਸਥਾਪਿਤ ਕਰਨ ਦੇ ਹੱਕ ਦੇ ਵਿੱਚ ਮੁਫਤ 300 ਯੂਨਿਟ ਬਿਜਲੀ ਸਪੁਰਦ ਕਰਨ ਲਈ ਤਿਆਰ ਘਰੇਲੂ ਖਪਤਕਾਰਾਂ ਨੂੰ ਇਸੇ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਘਰੇਲੂ ਖਪਤਕਾਰਾਂ ਨੂੰ ਸੋਲਰ ਨੈੱਟ ਮੀਟਰਿੰਗ ਪ੍ਰੋਜੈਕਟਾਂ ਲਈ ਸਬਸਿਡੀਆਂ ਦੀ ਪੇਸ਼ਕਸ਼ ਕਰਦੀ ਹੈ। ਰਾਜ ਸਰਕਾਰ ਦੀਆਂ ਸਬਸਿਡੀਆਂ ਕੇਂਦਰ ਸਰਕਾਰ ਦੀਆਂ ਸਬਸਿਡੀਆਂ ਤੋਂ ਇਲਾਵਾ ਹੋਣੀਆਂ ਚਾਹੀਦੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਸਬਸਿਡੀ ਦੇ ਬਿੱਲਾਂ ਦੀ ਦੇਰੀ ਨਾਲ ਅਦਾਇਗੀਆਂ ਅਤੇ ਬਿਜਲੀ ਦੇ ਬਕਾਏ ਦਾ ਭੁਗਤਾਨ ਨਾ ਕਰਨਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੁਆਰਾ 3600 ਕਰੋੜ ਰੁਪਏ PSPCL ਦੇ ਨਕਦ ਪ੍ਰਵਾਹ ਨੂੰ ਪ੍ਰਭਾਵਿਤ ਕੀਤਾ ਹੈ, ਜੋ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਬਹੁਤ ਮਹੱਤਵਪੂਰਨ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਇਹ ਜ਼ਰੂਰੀ ਹੈ ਕਿ ਬਿਜਲੀ ਸਬਸਿਡੀ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ। ਸੋ ਇਹ ਕੁਝ ਸੁਝਾਅ ਨੇ ਜਿਹੜੇ PSEB ਐਸੋਸੀਏਸ਼ਨ ਦੇ ਵੱਲੋਂ ਦਿੱਤੇ ਗਏ ਨੇ। ਉਹਨਾਂ ਨੇ ਕੁੱਲ ਮਿਲਾ ਕੇ ਇਹ ਕਿਹਾ ਕਿ ਜੋ ਸਰਦੇ ਪੁੱਜਦੇ ਨੇ, ਜੋ ਆਪਣੀ ਜੇਬ ਦੇ ਵਿੱਚੋਂ ਬਿਜਲੀ ਦਾ ਬਿੱਲ ਭਰ ਸਕਦੇ ਨੇ, ਉਹਨਾਂ ਨੂੰ ਮੁਫਤ ਬਿਜਲੀ ਵਾਲੀ ਸਹੂਲਤ ਬੰਦ ਕੀਤੀ ਜਾਵੇ, ਸਬਸਿਡੀ ਬੰਦ ਕੀਤੀ ਜਾਵੇ। ਸਿਰਫ ਉਹ ਪਰਿਵਾਰ ਜੋ ਗਰੀਬ ਨੇ, ਜੋ ਲੋੜਵੰਦ ਨੇ, ਆਪਣਾ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ, ਸਿਰਫ ਉਹਨਾਂ ਨੂੰ ਹੀ ਮੁਫਤ ਬਿਜਲੀ ਦਿੱਤੀ ਜਾਵੇ। ਸਰਕਾਰੀ ਨੌਕਰੀ ਕਰਦੇ ਨੇ ਜਿਹੜੇ ਮੁਲਾਜ਼ਮ ਜਾਂ ਜਿਹੜੇ ਟੈਕਸ ਪੇ ਨੇ, ਉਹਨਾਂ ਦੀ ਇਹ ਸਹੂਲਤ ਆ ਜਿਹੜੀ ਬੰਦ ਕੀਤੀ ਜਾਵੇ, ਤਾਂ ਜੋ ਵਿੱਤੀ ਸੰਕਟ ਆ ਜਿਹੜਾ ਉਸ ਨੂੰ ਦੂਰ ਕੀਤਾ ਜਾ ਸਕੇ। CM ਸਾਹਿਬ ਨੇ ਜੋ ਹੁਣੇ ਰੀਸੈਂਟਲੀ ਜਿਹੜੇ ਆਪਣੀ ਫ੍ਰੀ ਬਿਜਲੀ ਦੀ ਜਿਹੜੀ ਡਬਲ ਸਬਸਿਡੀ ਚੱਲ ਰਹੀ ਸੀ, ਉਹਦੇ ਵਿੱਚੋਂ ਇੱਕ ਸਬਸਿਡੀ ਹੈ ਜਿਹੜੀ ਕਿ ਪਿਛਲੀ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸੀ, ਉਹਨੂੰ ਬੰਦ ਕਰ ਦਿੱਤਾ ਹੈ। ਅਤੇ ਇਸ ਸਮੇਂ ਹੁਣ ਜਿਹੜੇ ਆਪਣੇ ਘਰੇਲੂ ਖਪਤਕਾਰ ਨੇ, ਉਹਨਾਂ ਨੂੰ ਸਿਰਫ ਇੱਕੋ ਸਬਸਿਡੀ 300 ਯੂਨਿਟ ਮੁਫਤ ਦੀ ਉਹੀ ਮਿਲ ਰਹੀ ਹੈ। ਅਸੀਂ ਇਸ ਕਦਮ ਬਾਰੇ ਜੋ ਅਸੀਂ CM ਸਾਹਿਬ ਨੂੰ ਉਹਨਾਂ ਦੇ ਇਸ ਐਫਰਟ ਨੂੰ ਅਸੀਂ ਐਪਰੀਸ਼ੀਏਟ ਕੀਤਾ, ਇਹ ਕਿਹਾ ਠੀਕ ਹੈ ਜੀ ਵੀ ਡਬਲ ਸਬਸਿਡੀ ਸੀ, ਅਤੇ ਸਟੇਟ ਦੇ ਫਾਈਨੈਂਸ ਨੂੰ ਧਿਆਨ 'ਚ ਰੱਖਦੇ ਹੋਏ ਜੋ ਉਹਨਾਂ ਨੇ ਕਦਮ ਚੁੱਕਿਆ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਸਰ, ਅੱਗੇ ਹੋਰ ਕੀ ਸੁਝਾਅ ਦਿੱਤੇ ਨੇ, ਕਿਹਦੀ ਕਿਹਦੀ ਹੋਰ ਸਬਸਿਡੀ
ਬੰਦ ਕੀਤੀ ਜਾਣ ਦੀ ਸੁਝਾਅ ਦਿੱਤਾ ਜਾਂ ਘਟਾਉਣ ਦੀ ਗੱਲ ਕੀਤੀ? ਅਸੀਂ ਜੀ ਇੱਕ ਅਸੀਂ ਇਸ ਗੱਲ ਨੂੰ ਅਸੀਂ ਸਮਝਦੇ ਹਾਂ, ਇਹ ਇੱਕ ਆਪਣਾ ਜੋ ਇੰਡੀਆ ਸੈਲਫ ਇਜ਼ ਅ ਵੈਲਫੇਅਰ ਸਟੇਟ, ਸਾਨੂੰ ਹਰੇਕ ਤਬਕੇ ਦਾ ਧਿਆਨ ਰੱਖਣਾ ਪੈਂਦਾ। ਅਸੀਂ ਜੋ ਚਿੱਠੀ ਰਾਹੀਂ ਸੁਝਾਅ ਦਿੱਤਾ ਹੈ ਕਿ ਐਵੇਂ ਦੇ ਵੀ ਖਪਤਕਾਰ ਨੇ ਜਿਨ੍ਹਾਂ ਨੂੰ ਇਸ ਸਬਸਿਡੀ ਦੀ ਜਿਹੜੀ 300 ਯੂਨਿਟ ਫ੍ਰੀ ਹੈ ਉਹਦੀ ਵੀ ਜ਼ਰੂਰਤ ਨਹੀਂ ਹੈ, ਜਿਵੇਂ ਸਾਡੇ ਵਰਗੇ ਨੇ ਜਿਹੜੇ ਇਨਕਮ ਟੈਕਸ ਪੇਈ ਨੇ ਜਾਂ ਜਿਨ੍ਹਾਂ ਦੀ ਕਮਾਈ ਠੀਕ ਹੈ ਅਤੇ ਉਹ ਬਿਜਲੀ ਦਾ ਬਿੱਲ ਦੇਣ ਦੇ ਕਾਬਲ ਨੇ। ਅਤੇ ਅਸੀਂ CM ਸਾਹਿਬ ਨੂੰ ਇਹ ਸੁਝਾਅ ਦਿੱਤਾ ਕਿ ਉਹ ਇਸ ਸਬਸਿਡੀ ਨੂੰ ਹੋਰ ਟਾਰਗੇਟਡ ਰੱਖਣ ਅਤੇ ਜਿਹੜੇ ਲੋੜਵੰਦ ਨੇ, ਜਿਹੜੇ ਸਾਡੇ ਜੋ ਭੈਣ ਭਰਾ ਜੋ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ, ਇਹ ਸਬਸਿਡੀ ਉਹਨਾਂ 'ਤੇ ਹੀ ਟਾਰਗੇਟ ਕੀਤੀ ਜਾਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਇਹ ਸੁਝਾਅ ਦਿੱਤਾ ਕਿ ਜਿਹੜੇ ਕਿਸੇ ਪਬਲਿਕ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਚਾਹੇ ਉਹ ਪੰਜਾਬ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ, ਉਹਨਾਂ ਨੂੰ ਇਹ ਸਬਸਿਡੀ ਨਹੀਂ ਮਿਲਣੀ ਚਾਹੀਦੀ। ਅਟਵਾਲ ਸਾਹਿਬ, ਬਿਜਲੀ ਦੇ ਬਿੱਲ ਵੀ ਬਹੁਤ ਬਕਾਏ ਨੇ ਸਰਕਾਰੀ ਦਫ਼ਤਰਾਂ, ਕਿੰਨੇ 200 ਕਰੋੜ ਤੁਸੀਂ ਗੱਲ ਕਰ ਰਹੇ ਸੀ ਸਰ, ਕਿੰਨਾ ਜੀ ਕਿੰਨਾ ਬਕਾਇਆ ਅਤੇ ਘਾਟਾ ਕਿੰਨਾ ਹੋ ਰਿਹਾ ਹੁਣ ਪਾਵਰਕੌਮ ਨੂੰ? ਦੇਖੋ ਜਿਹੜਾ ਇਸ ਸਮੇਂ ਜੋ ਪਾਵਰਕੌਮ ਹੈ ਜੀ, ਉਹ ਤੁਸੀਂ ਇਹ ਸਮਝ ਲਓ ਕਿ ਅਸੀਂ ਲੋਕਾਂ ਤੋਂ ਪੈਸਾ ਲੈ ਕੇ ਲੋਕਾਂ 'ਤੇ ਵਾਪਸ ਖਰਚਣਾ ਹੁੰਦਾ। ਜੋ ਸਾਡੇ ਕੋਲ ਬਿਜਲੀ ਦੇ ਬਿੱਲ ਆਉਂਦੇ ਨੇ, ਕਲੈਕਸ਼ਨ ਹੁੰਦੀ ਹੈ, ਉਹੀ ਅਸੀਂ ਕੋਲੇ ਵਾਸਤੇ, ਬਿਜਲੀ ਦੀ ਖਰੀਦ ਵਾਸਤੇ, ਸਮਾਨ ਦੀ ਖਰੀਦ ਵਾਸਤੇ, ਜੋ ਰਿਪੇਅਰ ਦੇ ਕੰਮ ਹੈ, ਜੋ ਕੰਪਲੇਂਟਾਂ ਅਟੈਂਡ ਕਰਨ ਦੇ ਖਰਚੇ ਹੈ, ਸਭ ਉਹਦੇ ਵਿੱਚੋਂ ਹੀ ਕੱਢੇ ਜਾਂਦੇ ਨੇ।